अस्सलाम वालेकुम दोस्तों, तुसी देख रहे हो अपना पंजाब टीवी ते मैं थोड़ा मेजबान अफजाल अहमद। सब तो पहले अपने चैनल नो करो सब्सक्राइब ते नाल ही लगी हुई घंटी नो दबाओ क्योंकि साड़ी लेटेस्ट और बेहतरीन वीडियो साडे दोस्तों तक पहुंचे सब तो पहले। लो जी दोस्तों, जिस तरह तुहानू पता है कि अपना पंजाब टीवी वीरां वास्ते रोज कोशिशां करदा है कि अच्छे तो अच्छा जानवर और मकूल रेट ते जानवर लैके आईए। रोज ही तरह अज भी जनाब दो वैड़ां दी वीडियो लैके हाजिर होए। सब तो पहले मेरा कैमरामैन तुहानू वैड़ां दिखाएगा ते मजीद गलबात करांगे मालक दे नाल कि मालक की डिमांड करदे ने। वैड़ नंबर एक दिखाओ कैमरामैन साहब। आला नसल जात वाले जानवर मिलते हैं जनाब अपना पंजाब टीवी ते। सोहनी ते लम्मी वेल है जनाब इस वैड़ की, नसल जात बड़ी आला है। पुत्र कितने खलोगा ना बजा। कोशिश साड़ी यही होंगी कि वीरां नू अच्छे तो अच्छा जानवर दिखाईए, बाकी लैने देने मुकद्दर होंगे ने। लोकेशन वीरां नू दसदा जावां, तहसील दीपालपुर जिला उखाड़ा। खन माशाल्लाह बड़ा खूबसूरत ते मोठ बार लगे है, काला थन लगे है पूरियां विरलां दे। ਖੰਬਿਆਂ ਦੇ ਚੱਡੇ ਨੇ ਜਨਾਬ ਇਸ ਵੈੜ ਕੋਲੇ। ਕੋਸ਼ਿਸ਼ ਸਾਡੀ ਇਹ ਹੁੰਦੀ ਕਿ ਵੀਰਾਂ ਨੂੰ ਅੱਛੇ ਤੋਂ ਅੱਛਾ ਜਾਨਵਰ ਦਿਖਾਈਏ, ਬਾਕੀ ਲੈਣੇ ਦੇਣੇ ਮੁਕੱਦਰ ਨੇ ਜੀ। ਥਣ ਮਾਸ਼ਾਅੱਲਾ ਬੜਾ ਖੂਬਸੂਰਤ ਤੇ ਮੋਠ ਬਰ ਲੱਗਿਆ ਪੂਰੀਆਂ ਵਿਰਲਾਂ ਦੇ। ਇਹਨੂੰ ਵਾਪਸ ਲੈ ਆਇਆ ਯਾਰ, ਇਹ ਪਿੱਛੇ ਵੱਛਾ ਜਨਾਬ। ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ ਜੀ, ਇਨਸ਼ਾਅੱਲਾ ਜਾਨਵਰ ਅੱਛੇ ਤੋਂ ਅੱਛਾ ਵੇਖਣ ਨੂੰ ਮਿਲੇਗਾ। ਅਲਾ ਕੁਆਲਿਟੀ ਦੇ ਜਾਨਵਰ ਮਿਲਦੇ ਨੇ ਜਨਾਬ ਆਪਣਾ ਪੰਜਾਬ ਟੀਵੀ ਤੇ। ਖੱਬਿਆਂ ਦੇ ਹਵਾਨੇ ਜਨਾਬ ਚੱਕੀ ਫਿਰਦੀ ਹੈ ਵੈੜ। ਦੂਸਰਾ ਸੂਆ ਜਨਾਬ ਇਹ ਵੈੜ ਸੂਈ ਹੈ, ਪਿੱਛੇ ਵੱਛਾ ਤਿੰਨ ਤੋਂ ਚਾਰ ਦਿਨ ਦੀ ਜਨਾਬ ਇਹ ਸੂਈ ਹੈ, ਬਾਕੀ ਸਾਰੀ ਡਿਟੇਲ ਆਪਾਂ ਮਾਲਕਾਂ ਕੋਲ ਲੈ ਲੈਣੀ ਹੈ। ਦਸ ਫੁੱਟ ਲੰਮੀ ਵੇਲ ਹੈ ਜਨਾਬ ਇਸ ਵੈੜ ਦੀ। ਔਸਟਨ ਅਤੇ ਫਰੀਜ਼ਨ ਦਾ ਇੱਕ ਰਾਸ ਹੈ। ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ ਜੀ, ਬਾਕੀ ਲੈਣੇ ਦੇਣੇ ਮੁਕੱਦਰ ਹੁੰਦੇ ਨੇ। ਥੱਬਿਆਂ ਨੇ ਚੱਡੇ ਨੇ ਜਨਾਬ ਇਸ ਵੈੜ ਕੋਲੇ, ਫੁੱਟ ਫੁੱਟ ਹਵਾਨਾ ਜਨਾਬ ਪਿੱਛੇ ਬਾਹਰ ਕੱਢਿਆ ਵੈੜ ਨੇ। लो जी दोस्तों, ये वैड नंबर एक, माशाल्लाह बहुत ही खूबसूरत जानवर है जी। इन छड़ के लिया ना यार शकील भाई, इन दूसरी ने छड़ के लियाओ, इन वहीं लिया ना यार इधर लिया। अरे वाल के इधर लिया, रोक सो रोक सो। नंबर दो ते जनाब है वैड, कैमरे ते थोड़ा वैड डरदी है। ये जर्सी ते फ्रीजन क्रॉस है, सोहनी ते लम्मी वेल है जनाब इस वैड कोले भी। कील भाई जरा काबू करया, जे इधर लाया दोबारा वाली साइड ते लाया, उन्हां मेरे दम तंग नहीं करेगी। बच्चे नूं उधर लै चल नाल यार, उठते जानवर माशाल्लाह दोनों ही बड़े लाजवाब ने जी। यह जर्सी ते फ्रीजन का क्रॉस है, थन माशाल्लाह बड़ा खूबसूरत मोठ भर लगे है।
ਥੰਬਿਆਂ ਦੇ ਚੜੇ ਨੇ ਜਨਾਬ ਇਸ ਵੈਡ ਕੋਲੇ ਵੀ ਦੇਣ ਵਾਲੇ ਲੈਂਦੀ ਹੈ ਸੁਣ ਨੂੰ ਉਹਨਾਂ ਲਾਇਆ ਯਾਰ ਇਹਨੂੰ ਖੜਾ ਰਹਿਣ ਦੇ ਨਾ ਛੇ ਉਮਰ ਬਾਈ ਉਹਨੂੰ ਲਿਆ ਉਹਨੂੰ ਬਾਲ ਕੇ ਇੱਥੇ ਲਾਇਆ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਜਾਨਵਰ ਹੈ ਜੀ ਜਰਸੀ ਅਤੇ ਫਰੀਜ਼ਨ ਵਿੱਚ ਇੱਕ ਰਾਸ ਹੈ ਸੋਹਣੀ ਅਤੇ ਲੰਮੀ ਵੇਲ ਹੈ ਜਨਾਬ ਇਸ ਵੈਡ ਕੋਲੇ ਵੀ ਜਾਨਵਰ ਆ ਇਨਸ਼ਾਅੱਲਾ ਅੱਛੇ ਤੋਂ ਅੱਛਾ ਵੇਖਣ ਨੂੰ ਮਿਲੇਗਾ ਆਪਣਾ ਪੰਜਾਬ ਟੀਵੀ 'ਤੇ ਠੰਡ ਮਾਸ਼ਾਅੱਲਾ ਬੜਾ ਖੂਬਸੂਰਤ ਅਤੇ ਮੁੱਠਭਰ ਲੱਗਿਆ ਹੈ ਪੂਰੀਆਂ ਹਵਾਨੇ ਦੀਆਂ ਵੰਡਾਂ ਨੇ ਜੀ ਪੂਰੀ ਮਰਲੇ ਮਰਲੇ ਦੀ ਵੰਡ ਹੈ ਜੀ ਠਣਾਂ ਦੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਜਾਨਵਰ ਨੇ ਜੀ ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ ਲੋਕੇਸ਼ਨ ਇੱਕ ਦਫ਼ਾ ਵੀਰਾਂ ਫਿਰ ਦੱਸਦਾ ਜਾਵਾਂ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਉਕਾੜਾ ਜਰਸੀ ਅਤੇ ਫਰੀਜ਼ਨ ਜਨਾਬ ਇੱਕ ਰਾਸ ਹੈ ਵੈਡ ਥਣ ਮਾਸ਼ਾਅੱਲਾ ਬੜਾ ਖੂਬਸੂਰਤ ਅਤੇ ਮੁੱਠਭਰ ਲੱਗਿਆ ਪੂਰੀਆਂ ਵਿਰਲਾਂ 'ਤੇ ਬਾਕੀ ਜੋ ਵੀ ਹਿਸਾਬ ਕਿਤਾਬ ਹੈ ਮੇਰੇ ਕੈਮਰੇ ਦੀ ਨਜ਼ਰ ਹੈ ਜਨਾਬ ਆਲਾ ਕੁਆਲਿਟੀ ਦੇ ਜਾਨਵਰ ਮਿਲਦੇ ਨੇ ਜਨਾਬ ਆਪਣਾ ਪੰਜਾਬ ਟੀਵੀ 'ਤੇ ਵੀਡੀਓ ਪਸੰਦ ਆਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਵੀਰਾਂ ਅੱਗੇ ਰਿਕੁਐਸਟ ਹੈ ਜਨਾਬ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਇਸ ਵੈਡ ਨੇ ਜਨਾਬ ਦੂਸਰਾ ਸੂਆ ਸੁਣਾ ਬਾਕੀ ਪੁੱਛਾਂਗੇ ਮਾਲਕਾਂ ਕੋਲੋਂ ਕਿ ਸੁਣ ਚੁੱਕ ਕਿੰਨੇ ਦਿਨ ਲੈਂਦੀ ਹੈ ਕੀ ਇਹਦਾ ਹਿਸਾਬ ਕਿਤਾਬ ਹੈ ਬਸ ਠੀਕ ਹੈ ਬਣਦੇ ਸ਼ਕੀਲ ਇਹਨੂੰ ਆਹੋ ਇਹਨੂੰ ਬਣਦੇ ਆ ਲਓ ਜੀ ਦੋਸਤੋ ਜਾਨਵਰ ਦਿੱਤੇ ਨੇ ਦਿਖਾ ਜੀ ਮਜ਼ੀਦ ਗੱਲਬਾਤ ਕਰਨੇ ਆ ਮਾਲਕ ਦੇ ਨਾਲ ਇਹ ਵੈਡ ਨੰਬਰ 1 ਹੈ ਜੀ ਦੋ ਟਾਈਮ ਦਾ ਇਸ ਟਾਈਮ ਦੁੱਧ ਕਿੰਨਾ ਕਰਦੀ ਪਈ ਬੱਚੇ ਨੂੰ ਛੱਡ ਕੇ ਬੋਲ ਅਜੇ ਹੈਗਾ ਜੇ ਤਕਰੀਬਨ 18-19 ਸਿਰ ਕਰ ਗਿਆ ਸੀ 18-19 ਲੀਟਰ ਤੁਸੀਂ ਇਸ ਟਾਈਮ ਚਵਾ ਕੇ ਦਿਓਗੇ ਬੱਚੇ ਨੂੰ ਛੱਡ ਕੇ ਬਿਲਕੁਲ ਇਸ ਤਰ੍ਹਾਂ ਹੀ ਹੈ ਜੀ ਐਵੇਂ ਇੱਕ ਥਣ ਬੱਚੇ ਨੂੰ ਛੱਡਦੇ ਕਿੰਨਾ ਸੀ ਇੱਕ ਥਣ ਨਹੀਂ ਛੱਡੀ ਦੇਣੀ ਇੱਕ ਥਣ ਬੱਚੇ ਨੂੰ ਛੱਡ ਕੇ 19 ਲੀਟਰ ਦੋ ਟਾਈਮ ਤੁਸੀਂ ਚਵਾ ਕੇ ਦਿਓਗੇ ਕਹਿੰਦੇ ਜੇ ਬੋਲੇ ਚ ਤੀਸਰਾ ਦਿਨ ਸੀ ਹਾਂਜੀ ਤੀਸਰਾ ਦਿਨ ਇਸ ਤਰ੍ਹਾਂ ਜੀ ਇਸ ਤਰ੍ਹਾਂ ਠੀਕ ਹੋ ਗਿਆ ਜੀ ਇਹਦੀ ਡਿਮਾਂਡ ਲੈਦਾ ਕਰਨੀ ਹੈ ਜਾਂ ਇਕੱਠੀ ਕਰਨੀ ਨਹੀਂ ਨਹੀਂ ਲੈਦਾ ਹੁੰਦੀ ਲੈ ਦੱਸੋ ਜੀ ਨੇ ਕੀ ਪਿਆਰ ਮੁਹੱਬਤ ਵਾਲੀ ਡਿਮਾਂਡ ਕਰਨੀ ਹੈ ਜਿੰਨੇ ਨੇ ਜਾਨਵਰ ਦੇਣਾ ਹੈ ਜਾਨਵਰ ਮਾਸ਼ਾਅੱਲਾ ਖੂਬਸੂਰਤ ਹੈ ਮੁੱਲ ਇਹਨਾਂ ਦੇ ਉਹ ਕਰਨੀ ਕਰ ਦਿੱਤੀਆਂ ਨੇ ਜਿੰਨੇ ਦੀ ਗਾਂ ਦੇਣੀ ਆਪਾਂ ਮੁੱਲ ਉਹ ਹੀ ਕਰਨਾ ਜੀ ਦੱਸੋ ਜੀ 360,000 ਦੇ ਆਪਾਂ ਗਾਂ ਵੇਚਣੀ 360,000 ਦੁੱਧ ਕਿੰਨਾ ਕੁ ਕਰ ਜਾਏਗੀ ਬੋਲੇ ਚੋਂ ਬਾਹਰ ਨਿਕਲਦੀ ਅਗਰ ਮੈਲਾ ਚੱਲਦਾ ਜੀ ਪਹਿਲਣ ਦਾ ਰਿਹਾ ਜੇ 32-33 ਲੀਟਰ ਦਾ ਇਹਦਾ ਰਿਕਾਰਡ ਰਿਹਾ ਅਗਰ ਦੂਸਰਾ ਸੁਆ ਹੁਣ ਸੂਈ ਹੈ ਹਾਂਜੀ ਅਗਰ ਮੈਲਾ ਚੋਂ ਨਿਕਲਦੀ ਹੈ ਤੇ ਇਹਨਾਂ ਦੁੱਧ ਕਰੇਗੀ ਇਨਸ਼ਾਅੱਲਾ ਕਰੇਗੀ ਜੋ ਕਿਉਂ ਨਾ ਕਰੇਗੀ ਠੀਕ ਹੋ ਗਿਆ ਵੈਡ ਨੰਬਰ ਜਿਹੜੀ ਆਪਾਂ ਦੋ ਦਿਖਾਈ ਹੈ ਹਾਂਜੀ ਉਹਨੇ ਜਿਹੜਾ ਮੈਂ ਤਾਂ ਪੱਕਾ ਕਿਤਨਾ ਸੁਆ ਦੂਜਾ ਸੁਆ ਉਹਨੇ ਦੂਜਾ ਸੁਆ ਸੁਣਾ ਉਹ ਦਿਨ ਕਿੰਨੇ ਕੁ ਲੈਂਦੀ ਇੱਕ ਹਫਤਾ ਕੱਢੀ ਅਸੀਂ ਇੱਕ ਹਫਤਾ ਕੱਢਦੀ ਹੈ ਹਾਂ ਹੋ ਸਕਦਾ ਦੋ ਦਿਨ ਉੱਤੇ ਵੀ ਲੈ ਜਾਵੇ ਲੇਕਿਨ ਹਫਤੇ ਦੇ ਆਪਾਂ ਨੂੰ ਮੂੰਹ ਕੀ ਦਾ ਕਿੰਨੇ ਦੰਦ ਹੈ ਜੀ ਮਤਲਬ ਕੀ ਡਿਮਾਂਡ ਹੈ ਪਿਆਰ ਮੁਹੱਬਤ ਵਾਲੀ ਉਹਦਾ ਹੋ ਜੀ ਅਸੀਂ 3,20,000
3,20,000 ਰੁਪਇਆ 3,20,000 ਚ ਪਿਆਰ ਮੁਹੱਬਤ ਕਿੰਨਾ ਹੋ ਜਾਣਾ ਦਾ ਪਿਆਰ ਮੁਹੱਬਤ ਹੋ ਜਾਸੀ 5-7,000 ਦਾ ਇੱਕੋ ਗੱਲ ਕਰੋ ਫਾਈਨਲ ਕੇਸ ਤੋਂ ਘਟ ਵੈਰ 10,000 ਵੈਰ ਦੇ ਦੇਣਾ 3,10,000 ਨਹੀਂ ਹੋਰ ਮੈਂ ਕਹਿੰਦਾ ਕੋ ਪਿਆਰ ਮੁਹੱਬਤ ਕਰ ਲੋ ਹੋਰ ਪਤਾ ਨਹੀਂ ਕਿੰਨੇ ਕਰਾਣੀ ਕਰ ਲੋ ਕਿੱਦਾਂ ਕਰੋ ਪਿਆਰ ਮੁਹੱਬਤ ਲੋਕ ਬੜਾ ਸਫਰ ਕਰਕੇ ਆਪਣੇ ਕੋਲ ਯਕੀਨ ਕਰੋ ਆਉਂਦੇ ਨੇ ਲੋਕ ਯਕੀਨ ਵੀ ਕਰਦੇ ਨੇ ਇਤਮਾਦ ਵੀ ਕਰਦੇ ਨੇ ਔਰ ਆਪਾਂ ਨੂੰ ਵੀ ਇੰਨੀ ਦੀਦ ਲਿਆਦ ਕਰਨਾ ਚਾਹੀਦਾ ਅਫਜ਼ਾਲ ਭਾਈ ਜੇ ਕੋਈ ਗਾਈ ਵੇਖੇ ਤਾਂ ਤੇਰਾ ਮੋਲ ਨਹੀਂ ਮੁਕਾਵੇਗਾ ਲੇਕਿਨ ਇਹ ਪੂਰੇ ਆਪਾਂ ਹੁਣ ਤੂੰ ਕਹਿੰਦਾ ਤਾਂ ਪੂਰੇ 3 ਦੀ ਮੁੜਾ ਮੈਂ ਕਿਆ ਦੇਣ ਵਾਲੀ ਚਲੋ ਠੀਕ ਹੈ ਸ਼ੀਰ ਭਾਈ ਬੜੀ ਮਿਹਰਬਾਨੀ ਠੀਕ ਹੈ ਜੀ ਲੋ ਜੀ ਦੋਸਤੋ ਜਾਨਵਰ ਦਿੱਤੇ ਨੇ ਦਿਖਾ ਦੇ ਡਿਮਾਂਡ ਵੀ ਜਨਾਬ ਮਾਲਕਾਂ ਦੀ ਸੁਣ ਲਈ ਹੈ ਜੀ ਕਿਸੇ ਵੀ ਸਾਡੇ ਵੀਰ ਬਾਈ ਨੇ ਜਾਨਵਰ ਖਰੀਦਣੇ ਹੋਣ ਸਾਡਾ ਰਾਬਤਾ ਨੰਬਰ ਹੈ 0301-4552-144 ਇਸ ਨੰਬਰ 'ਤੇ ਸਾਡੀ ਵਟਸਐਪ ਬਣੀ ਹੈ ਅਸੀਂ ਉਮੀਦ ਕਰਨੇ ਹਾਂ ਕਿ ਸਾਡੇ ਦੋਸਤਾਂ ਨੂੰ ਅੱਜ ਦੀ ਵੀਡੀਓ ਬੇਹੱਦ ਪਸੰਦ ਆਵੇਗੀ ਵੀਡੀਓ ਪਸੰਦ ਆਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਮਿਲਾਂਗੇ ਇੱਕ ਅੱਛੀ ਔਰ ਲਾਜਵਾਬ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਅਫਜ਼ਾਲ ਆ ਮੈਨੂੰ ਦਿਓ ਇਜਾਜ਼ਤ ਅੱਲਾ ਨੇ